खालसा वाहेगुरु जी की फतेह। अज गुरबाणी कंठ मुकाबला गुरद्वारा साहिब सुख सागर न्यू वेस्ट विखे चल रहा है, जिस दे विच 600 बच्चियां ने रजिस्ट्रेशन कीती आ ते हुण तकरीबन 2 बजे आ साढ़े पास हुण तई 350 तो उपर बच्चा रजिस्टर चेक इन करके ता टेस्ट दे गया है। सो ठीक 5 बजे प्राइज डिस्ट्रीब्यूशन होगा, जिस दे विच लैपटॉप आईपैड सारे एप्पल दे होर इलेक्ट्रॉनिक डिवाइसां अते छोटे बच्चियां लई वड्डे वड्डे गेमां होणगियां। ते असी आम संगत नूं इह बेनती करदे हां कि अपने बच्चियां नूं बाणी नाल जोड़ो, अगले साल लई वध तों वध गुरद्वारा साहिब विखे लिया के गुरबाणी कंठ मुकाबले दे विच रजिस्ट्रेशन करो। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀ, ਸੁਖ ਸਾਗਰ ਗੁਰਦੁਆਰਾ ਸਾਹਿਬ ਨਿਊ ਵੈਸਟਮਿੰਸਟਰ ਚ ਹਰ ਸਾਲ ਦੀ ਤਰ੍ਹਾਂ ਅੱਜ ਗੁਰਬਾਣੀ ਕੰਠ ਮੁਕਾਬਲਾ ਚੱਲ ਰਹੇ ਨੇ, ਜਿਹਦੇ ਵਿੱਚੋਂ 600 ਦੇ ਨੇੜੇ ਬੱਚਿਆਂ ਨੇ ਰਜਿਸਟ੍ਰੇਸ਼ਨ ਕਰਾਈ ਆ ਤੇ ਹੁਣ ਇਸ ਟਾਈਮ 2 ਵਜੇ ਨੇ ਤੇ ਆਲਮੋਸਟ 350 ਬੱਚਿਆਂ ਚੈੱਕ ਇਨ ਕਰ ਚੁੱਕੇ ਆ। ਤੇ ਸਤਿ ਸੰਗਤ ਜੀ, ਹਮੇਸ਼ਾ ਜਿਵੇਂ ਕਿ ਆਪਾਂ ਨੂੰ ਪਤਾ ਸੁਖ ਸਾਗਰ ਗੁਰਦੁਆਰਾ ਸਾਹਿਬ ਦਾ ਪਹਿਲਾਂ ਦਾ ਇੰਟੈਂਸ਼ਨ ਹੀ ਇਹੀ ਹੈ ਕਿ ਕੈਨੇਡੀਅਨ ਬੋਰਨ ਬੱਚਿਆਂ ਨੂੰ ਬਾਣੇ ਤੇ ਬਾਣੀ ਨਾਲ ਕਿਵੇਂ ਆਪਾਂ ਜੋੜੀਏ, ਉਹਨੂੰ ਮੱਦ ਰੱਖਦੇ ਹੋਏ, ਉਹਨੂੰ ਪੁਆਇੰਟ ਰੱਖਦੇ ਹੋਏ ਅੱਜ ਸੁਖ ਸਾਗਰ ਗੁਰਦੁਆਰਾ ਸਾਹਿਬ 'ਚ ਇਹ ਗੁਰਬਾਣੀ ਕੰਠ ਮੁਕਾਬਲਾ ਹੋ ਰਿਹਾ, ਜਿਹਦੇ ਵਿੱਚ ਬੱਚਿਆਂ ਨੂੰ ਆਈਪੈਡ, ਲੈਪਟੋਪ ਜਿਹੜੇ ਅੱਜ ਕੱਲ੍ਹ ਦੇ ਮੇਨ ਗੈਜਟਸ ਨੇ ਉਹਦੇ ਨਾਲ ਪ੍ਰਾਈਜ਼ ਦਿੱਤੇ ਜਾਂਦੇ ਨੇ ਫਸਟ, ਸੈਕਿੰਡ, ਥਰਡ ਤੇ, ਅਤੇ ਸਾਰੇ ਬੱਚਿਆਂ ਨੂੰ ਪਾਰਟੀਸੀਪੇਸ਼ਨ ਪ੍ਰਾਈਜ਼ ਵੀ ਦਿੱਤੇ ਜਾਂਦੇ ਨੇ। ਸਤਿ ਸੰਗਤ ਜੀ, ਮੈਂ ਸਿਰਫ ਇਹ ਦੱਸਣਾ ਚਾਹੁੰਦਾ, ਸੁਖ ਸਾਗਰ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਦੇ ਵਿੱਚ ਹਰ ਸਾਲ ਗੁਰਬਾਣੀ ਕੰਠ ਮੁਕਾਬਲਾ ਹੋ ਰਿਹਾ ਹੁੰਦਾ ਆ, ਅਤੇ ਆਪਾਂ ਆਪਣੇ ਬੱਚਿਆਂ ਨੂੰ ਨਵੀਂ ਪਨੀਰੀ ਨੂੰ ਕਿਵੇਂ ਇਹੀ ਇੱਕ ਬੈਸਟ ਤਰੀਕਾ ਆ ਗੁਰਦੁਆਰਾ ਸਾਹਿਬ ਤੇ ਬਾਣੇ ਦੇ ਬਾਣੀ ਨਾਲ ਜੋੜੀ ਰੱਖਣ ਲਈ, ਇਸ ਕਰਕੇ ਗੁਰਦੁਆਰਾ ਸਾਹਿਬ ਇਹ ਪ੍ਰੋਗਰਾਮ ਕਰਾਉਂਦਾ ਹੈ। ਜਿਹੜੇ ਬੱਚੇ ਇਸ ਵਾਰ ਨਹੀਂ ਰਜਿਸਟਰ ਹੋਏ, ਅਗਲੇ ਸਾਲ ਮੈਂ ਬੇਨਤੀ ਕਰਦਾ ਸਾਰੇ ਮਾਪਿਆਂ ਨੂੰ ਜਿਹੜੇ ਵੀ ਇਹ ਪ੍ਰਾਈਮੇਸ਼ੀਆ ਦੇਖ ਰਹੇ ਨੇ ਉਹਨਾਂ ਨੂੰ ਕਿ ਆਪਾਂ ਆਉਣ ਵਾਲੇ ਸਮੇਂ 'ਚ ਜ਼ਰੂਰ ਪਾਰਟ ਲਈਏ ਅਤੇ ਆਪਣਾ ਬੱਚਿਆਂ ਨੂੰ ਬਾਣੇ ਦੇ ਬਾਣੀ ਨਾਲ ਜੋੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸੁਖ ਸਾਗਰ ਨਿਊ ਵੈਸਟ ਵਿਖੇ ਗੁਰਬਾਣੀ ਕੰਠ ਮੁਕਾਬਲਾ ਚੱਲ ਰਿਹਾ ਹੈ, ਜਿਸ ਵਿੱਚ 600 ਬੱਚੇ ਨੇ ਰਜਿਸਟਰ ਕਰਾਇਆ। ਆਲਮੋਸਟ 400 ਤੋਂ ਵੱਧ ਬੱਚੇ ਪਾਰਟੀਸਪੇਟ ਕਰ ਚੁੱਕੇ ਹਨ। ਜਿਹੜੇ ਬੱਚੇ ਹਾਲੇ ਤੱਕ ਨਹੀਂ ਆਏ ਉਹਨਾਂ ਨੂੰ ਪਲੀਜ਼ ਰਿਕੁਐਸਟ ਹੈ ਕਿ ਜਲਦੀ ਆ ਕੇ ਆਪਣਾ ਪਾਰਟੀਸਪੇਟ ਕਰੋ ਅਤੇ ਅਗਲੇ ਸਾਲ ਵਾਸਤੇ ਜੋ ਪ੍ਰਪੇਅਰ ਹੋਵੋ ਅਤੇ ਅਗਲੇ ਪ੍ਰਪੇਅਰ ਹੋ ਕੇ ਅਗਲੇ ਸਾਲ ਵੀ ਜ਼ਰੂਰ ਰਜਿਸਟਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਗੁਰੂ ਕੀ ਸੰਗਤ, ਆਪ ਦੇਖ ਰਹੇ ਹੋ ਕਿ ਆਪਣਾ ਗੁਰਦੁਆਰਾ ਸੁਖ ਸਾਗਰ ਸਾਹਿਬ ਨਿਊ ਵੈਸਟਮਿੰਸਟਰ ਵਿਖੇ ਗੁਰਬਾਣੀ ਕੰਠ ਮੁਕਾਬਲਾ ਜਿਹੜਾ ਬੜਾ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਚੱਲ ਰਿਹਾ ਦੇਖੋ।